ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਸਰਪੰਚ ਪਖਵਾਲ ਗੁਰਨੈਣ ਸਿੰਘ, ਇਹ ਕਹਿਣਾ ਚਾਹੁੰਦਾ ਕਿ ਮੇਰੇ ਪਿੰਡ ਵਿੱਚ ਮੇਰਾ ਗੁੱਜਰ ਭਾਈਚਾਰਾ ਕਾਫੀ ਸਮੇਂ ਤੋਂ ਰਹਿ ਰਿਹਾ, ਸਾਡਾ ਆਪਸੀ ਬਹੁਤ ਪਿਆਰ ਆ। ਹੁਣ ਵੀ ਜਿੱਦਣ ਦੀ ਕਰੋਨਾ ਵਾਇਰਸ ਦਾ ਸੁਣਿਆ ਕਿ ਗੁੱਜਰ ਡੇਰਿਆਂ ਦੇ ਉੱਤੇ ਇਹਨਾਂ ਨੂੰ ਖਾਸ ਕਰਕੇ ਟਾਰਗੇਟ ਕੀਤਾ ਗਿਆ ਕਿ ਇਹਨਾਂ ਦਾ ਦੁੱਧ ਨਹੀਂ ਲੈਣਾ, ਇਹਨਾਂ ਦੇ ਵਿੱਚੋਂ ਦਿੱਲੀਓਂ ਮਹਿਮਾਨ ਆਏ ਆ ਸਾਡੇ ਡੇਰਿਆਂ ਦੇ ਉੱਤੇ, ਕੋਈ ਦਿੱਲੀ ਤੋਂ ਕੋਈ ਬਾਹਰੋਂ ਬੰਦਾ ਨਹੀਂ ਆ ਕੇ ਰਹਿੰਦਾ, ਔਰ ਇਹਨਾਂ ਦਾ ਦੁੱਧ ਜਿਹੜਾ ਪਹਿਲਾਂ ਦੀ ਤਰ੍ਹਾਂ ਲੋਕ ਲੈਂਦੇ ਸੀ ਉੱਦਾਂ ਲਵੋ। ਇਹਨਾਂ ਦੇ ਦੁੱਧ ਵਿੱਚ ਕੋਈ ਇੱਦਾਂ ਦੀ ਜ਼ਹਿਰ ਨਹੀਂ ਮਿਲਾਈ ਹੋਈ ਜਿਹਦੇ ਨਾਲ ਲੋਕ ਇਹਨਾਂ ਵਾਈਟ ਕਰਦੇ। ਮੈਂ ਸਵੇਰ ਸ਼ਾਮ ਇਹਨਾਂ ਦੇ ਡੇਰਿਆਂ ਦੇ ਉੱਤੇ ਆਣ ਕੇ ਇਹਨਾਂ ਦਾ ਪੂਰਾ ਡੇਰਿਆਂ ਦਾ ਦੌਰਾ ਕਰਕੇ ਜਾਂਦਾ ਹਾਂ। ਇਹਨਾਂ ਕੋਲ ਸਵੇਰ ਨੂੰ ਵੀ ਇੱਕ ਟਾਈਮ, ਸ਼ਾਮਾਂ ਨੂੰ ਵੀ ਚਾਹ ਪੀ ਕੇ ਜਾਂਦਾ। ਅੱਜ ਤੱਕ ਮੈਨੂੰ ਵੀ ਨਾ ਕੁਛ ਨਹੀਂ ਹੋਇਆ। ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਇੱਦਾਂ ਦੀ ਨਫ਼ਰਤ ਨਾ ਪੈਦਾ ਕਰੋ। ਦੇਖ ਲਓ ਕਰਨ ਸਰਪੰਚ ਪਖਵਾਲ ਗੁਰਨੈਣ ਸਿੰਘ, ਇਹ ਕਹਿਣਾ ਚਾਹੁੰਦਾ ਕਿ ਮੇਰੇ ਪਿੰਡ ਵਿੱਚ ਮੇਰਾ ਗੁੱਜਰ ਭਾਈਚਾਰਾ ਕਾਫੀ ਸਮੇਂ ਤੋਂ ਰਹਿ ਰਿਹਾ, ਸਾਡਾ ਆਪਸੀ ਬਹੁਤ ਪਿਆਰ ਆ। ਹੁਣ ਵੀ ਜਿੱਦਣ ਦੀ ਕਰੋਨਾ ਵਾਇਰਸ ਦਾ ਸੁਣਿਆ ਕਿ ਗੁੱਜਰ ਡੇਰਿਆਂ ਦੇ ਉੱਤੇ ਇਹਨਾਂ ਨੂੰ ਖਾਸ ਕਰਕੇ ਟਾਰਗੇਟ ਕੀਤਾ ਗਿਆ ਕਿ ਇਹਨਾਂ ਦਾ ਦੁੱਧ ਨਹੀਂ ਲੈਣਾ, ਇਹਨਾਂ ਦੇ ਵਿੱਚੋਂ ਦਿੱਲੀਓਂ ਮਹਿਮਾਨ ਆਏ ਆ ਸਾਡੇ ਡੇਰਿਆਂ ਦੇ ਉੱਤੇ, ਕੋਈ ਦਿੱਲੀ ਤੋਂ ਕੋਈ ਬਾਹਰੋਂ ਬੰਦਾ ਨਹੀਂ ਆ ਕੇ ਰਹਿੰਦਾ, ਔਰ ਇਹਨਾਂ ਦਾ ਦੁੱਧ ਜਿਹੜਾ ਪਹਿਲਾਂ ਦੀ ਤਰ੍ਹਾਂ ਲੋਕ ਲੈਂਦੇ ਸੀ ਉੱਦਾਂ ਲਵੋ। ਇਹਨਾਂ ਦੇ ਦੁੱਧ ਵਿੱਚ ਕੋਈ ਇੱਦਾਂ ਦੀ ਜ਼ਹਿਰ ਨਹੀਂ ਮਿਲਾਈ ਹੋਈ ਜਿਹਦੇ ਨਾਲ ਲੋਕ ਇਹਨਾਂ ਵਾਈਟ ਕਰਦੇ। ਮੈਂ ਸਵੇਰ ਸ਼ਾਮ ਇਹਨਾਂ ਦੇ ਡੇਰਿਆਂ ਦੇ ਉੱਤੇ ਆਣ ਕੇ ਇਹਨਾਂ ਦਾ ਪੂਰਾ ਡੇਰਿਆਂ ਦਾ ਦੌਰਾ ਕਰਕੇ ਜਾਂਦਾ ਹਾਂ। ਇਹਨਾਂ ਕੋਲ ਸਵੇਰ ਨੂੰ ਵੀ ਇੱਕ ਟਾਈਮ, ਸ਼ਾਮਾਂ ਨੂੰ ਵੀ ਚਾਹ ਪੀ ਕੇ ਜਾਂਦਾ। ਅੱਜ ਤੱਕ ਮੈਨੂੰ ਵੀ ਨਾ ਕੁਛ ਨਹੀਂ ਹੋਇਆ। ਮੇਰੀ ਹੱਥ ਬੰਨ ਕੇ ਬੇਨਤੀ ਆ ਕਿ ਇੱਦਾਂ ਦੀ ਨਫ਼ਰਤ ਨਾ ਪੈਦਾ ਕਰੋ, ਜਾਤਵਾਦੀ ਦੇ ਉੱਤੇ ਸਿਆਸਤ ਨਾ ਕਰੋ। ਇਸ ਤੋਂ ਪਹਿਲਾਂ ਭਾਈ ਨਿਰਮਲ ਸਿੰਘ ਜੀ, ਉਹਨਾਂ ਨੂੰ ਵਰੋਨਾ ਹੋ ਗਿਆ, ਮਜ਼੍ਹਬੀ ਸਿੰਘ ਸਾਡੇ ਸਿੱਖ ਕੌਮ ਦੇ ਹੀਰੇ ਸੀ, ਅਤੇ ਇੱਦਾਂ ਆਪਾਂ ਅੱਜ ਮੁਸਲਮਾਨਾਂ ਟਾਰਗੇਟ ਬਣਾਇਆ, ਕੱਲ੍ਹ ਨੂੰ ਜਾਤੀਵਾਦੀ ਅਤੇ ਮਜ਼੍ਹਬੀ ਭਾਈਚਾਰੇ ਨੂੰ ਬਣਾਓਗੇ। ਇੱਦਾਂ ਦੀ ਨਫ਼ਰਤ ਦਿਲਾਂ 'ਚੋਂ ਕੱਢ ਦਿਓ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਾਂ ਪਹਿਲਾਂ ਦੀ ਤਰ੍ਹਾਂ ਪਿਆਰ ਬਣਾਈ ਰੱਖੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਆ ਰਹੀ ਆ ਸਤਿ ਸ਼੍ਰੀ ਅਕਾਲ ਜੀ, ਜਿੰਨੇ ਵੀ ਵੀਰ ਇਸ ਵੀਡੀਓ ਨੂੰ ਦੇਖ ਰਹੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਗੇ, ਸੋ ਮੈਂ ਬੇਨਤੀ ਕਰਦਾ ਹਾਂ ਸਾਰਿਆਂ ਦੇ ਚਰਨਾਂ ਦੇ ਵਿੱਚ, ਮੀਡੀਆ ਦੇ ਚਰਨਾਂ ਦੇ ਵਿੱਚ, ਲੋਕਾਂ ਦੇ ਚਰਨਾਂ ਦੇ ਵਿੱਚ, ਕਿ ਇੱਕ ਕਰੋਨਾ ਵਾਇਰਸ ਜਿਹੜਾ ਦੁਨੀਆ ਭਰ ਦੇ ਵਿੱਚ ਇੱਕ ਬਹੁਤ ਵੱਡੀ ਮਹਾਮਾਰੀ, ਬਹੁਤ ਵੱਡੀ ਟ੍ਰੈਜਡੀ ਆ, ਉਹ ਫੈਲੀ ਹੋਈ ਆ। ਉਸੇ ਹੀ ਬਿਮਾਰੀ ਮਹਾਮਾਰੀ ਦਾ ਸ਼ਿਕਾਰ ਸਾਡੇ ਇੰਡੀਆ ਦੇ ਲੋਕ ਵੀ, ਪੰਜਾਬ ਦੇ ਲੋਕ ਵੀ ਹੋਏ ਆ, ਹੋ ਰਹੇ ਆ। ਪਰ ਇੱਕ ਪੰਜਾਬ ਦੇ ਵਿੱਚ ਗੁੱਜਰ ਬਰਾਦਰੀ ਨੂੰ ਬਹੁਤ ਵੱਡੀ ਸਮੱਸਿਆ ਦਰਪੇਸ਼ ਆ ਰਹੀ ਆ। ਉਹ ਸਮੱਸਿਆ ਕੀ ਆ ਵੀ ਗੁੱਜਰ ਜਿਹੜੇ ਆ ਉਹ ਜਮਾਤ ਦੇ ਨਾਲ ਜੁੜੇ ਆ, ਤਬਲੀਗੀ ਜਮਾਤ, ਅਤੇ ਉਹਦੇ ਥਰੂ ਜਿਹੜਾ ਵਾ ਉਹ ਕਰੋਨਾ ਵਾਇਰਸ ਅਗਾਂਹ ਫੈਲ ਰਿਹਾ। ਮੈਂ ਇੱਕ ਗੱਲ ਇੱਥੇ ਕਲੀਅਰ ਕਰ ਦੇਣੀ ਚਾਹੁੰਦਾ ਵਾਂ ਕਿ ਮੁਸਲਿਮ ਧਰਮ ਜਿਹੜਾ ਆ ਉਸ ਦੇ ਵਿੱਚ ਬਹੁਤ ਸਾਰੇ ਮਤ ਆ, ਹਰ ਧਰਮ ਦੇ ਵਿੱਚ ਬਹੁਤ ਸਾਰੇ ਮਤ ਹੁੰਦੇ, ਇਸੇ ਤਰ੍ਹਾਂ ਮੁਸਲਿਮ ਧਰਮ ਦੇ ਵਿੱਚ ਵੀ ਬਹੁਤ ਸਾਰੇ ਮਤ ਆ, ਜਿਸ ਤਰ੍ਹਾਂ ਉਹਨਾਂ ਦਾ ਹਿੱਸਾ, ਉਹਨਾਂ ਦਾ ਪਾਰਟ ਜਿਹੜਾ ਆ ਉਹ ਤਬਲੀਗੀ ਜਮਾਤ ਆ, ਕੋਈ ਜਮਾਤ ਇਸਲਾਮੀ ਨਾਲ ਜੁੜਿਆ, ਕੋਈ ਮੁਸਲਿਮ ਪਰਸਨਲ ਲਾਅ ਬੋਰਡ ਦੇ ਨਾਲ ਜੁੜਿਆ ਹੋਇਆ, ਕੋਈ ਮੁਫਤੀ ਆਜ਼ਮ ਪੰਜਾਬ ਮਰੇਲਕੋਟ ਦਾ ਨੂੰ ਮੰਨਦਾ ਹੈ, ਕੋਈ ਜੋ ਹੈ ਉਹ ਬਰੇਲਵੀ ਆ, ਕੋਈ ਅਹਿਲੇ ਸੁਨਤ ਆ, ਕੋਈ ਅਹਿਲੇ ਹਦੀਸ ਆ, ਕੋਈ ਇਮਾਮ ਬੁਖਾਰੀ ਦਿੱਲੀ ਨੂੰ ਫਾਲੋ ਕਰਦਾ ਆ, ਕੋਈ ਨਕਸ਼ਬੰਦੀ ਆ, ਕੋਈ ਚਿਸ਼ਤੀ ਆ, ਕਾਦਰੀ ਆ, ਔਰ ਬਹੁਤ ਸਾਰੇ ਜਿੰਨੇ ਕੁ ਮੇਰੇ ਨੋਟਸ ਦੇ ਵਿੱਚ ਆ, ਇਹ ਵੱਖ ਵੱਖ ਮਤ ਆ। ਇਸੇ ਤਰ੍ਹਾਂ ਜਿਹੜੀ ਤਬਲੀਗੀ ਜਮਾਤ ਆ ਉਹ ਮੁਸਲਮਾਨਾਂ ਦਾ ਇੱਕ ਪਾਰਟ ਆ, ਨਾ ਕਿ ਮੁਸਲਮਾਨ ਗੁੱਜਰ ਤਬਲੀਗੀ ਜਮਾਤ ਦਾ ਪਾਰਟ ਨੇ। ਇਹ ਚੀਜ਼ ਮੈਂ ਕਲੀਅਰ ਕਰਨਾ ਚਾਹੁੰਦਾ ਵੀ ਉਹ ਇੱਕ ਪਾਰਟ ਆ, ਕੁਝ ਪਰਸੈਂਟ ਲੋਕ ਗੁੱਜਰ ਬਰਾਦਰੀ ਦੇ ਵੀ ਤਬਲੀਗੀ ਜਮਾਤ ਦੇ ਨਾਲ ਜੁੜੇ ਨੇ। ਉਹ ਜਦੋਂ ਦਸੰਬਰ ਮਹੀਨਾ ਹੁੰਦਾ ਆ ਆਪਣੇ ਕਾਰੋਬਾਰ ਤੋਂ ਫਰੀ ਹੋ ਕੇ ਮਰੇਲਕੋਟਲਾ ਦੇ ਵਿੱਚ ਇਜਤਮਾ ਹੁੰਦਾ, ਉਸ ਤੋਂ ਬਾਅਦ ਉਹ ਜਾਂਦੇ ਆ ਉਹ ਆਪਣੇ ਇਸਲਾਮ ਧਰਮ ਦਾ ਉਹ ਮਸੀਤਾਂ ਦੇ ਵਿੱਚ 3 ਦਿਨ ਰਹਿ ਕੇ ਪ੍ਰਚਾਰ ਕਰਦੇ ਆ। ਸੋ ਉਸੇ ਹੀ ਲੜੀ ਜਾਂ ਕੜੀ ਦੇ ਤਹਿਤ ਕਹਿ ਲਓ ਵੀ ਕੁਛ ਪਰਸੈਂਟੇਜ ਲੋਕ ਜਿਹੜੇ ਆ ਉਹ ਜਮਾਤ ਦੇ ਨਾਲ ਜੁੜੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਮੇਰਾ ਪਿੰਡ ਪੱਖੋਵਾਲ ਆ, ਜ਼ਿਲ੍ਹਾ ਕਪੂਰਥਲਾ ਆ। ਸੋ ਪੱਖੋਵਾਲ ਦਾ ਹੀ ਇਸੇ ਹੀ ਏਰੀਏ ਦਾ, ਕਪੂਰਥਲੇ ਦਾ ਇੱਕ ਪਿੰਡ ਆ ਕੋਟ ਕਰਾਰਖਾਂ। ਸੋ ਕੋਟ ਕਰਾਰਖਾਂ ਦੇ ਵਿੱਚ ਤਬਲੀਗੀ ਜਮਾਤ ਦੇ ਬੰਦੇ ਜਿਹੜੇ ਆ ਉਹ ਆਉਂਦੇ ਆ 18 ਮਾਰਚ
2020 ਨੂੰ। 3 ਦਿਨ ਦੇ ਵਾਸਤੇ ਉਹਨਾਂ ਨੇ ਉੱਥੇ ਰੁਕਣਾ ਸੀ, 3 ਦਿਨਾਂ ਲਈ। 21 ਤਰੀਕ ਨੂੰ ਚੱਲ ਜਾਣੀ ਲੋਕਡਾਊਨ ਹੋ ਗਿਆ, ਉੱਥੇ ਰੁਕ ਗਏ। ਚਲੋ ਮੈਂ ਥੈਂਕ ਯੂ ਕਰਦਾ ਉੱਥੋਂ ਦੇ ਸਰਪੰਚ ਸਾਹਿਬ ਦਾ, ਉੱਥੋਂ ਦੀ ਗ੍ਰਾਮ ਪੰਚਾਇਤ ਦਾ, ਸਾਰੇ ਨਗਰ ਨਿਵਾਸੀਆਂ ਦਾ। ਉਹਨਾਂ ਨੇ ਸਾਰਿਆਂ ਨੇ ਸਹਿਯੋਗ ਕੀਤਾ ਅਤੇ ਉਹ ਬੰਦਿਆਂ ਨੂੰ ਜਦੋਂ ਕੁਆਰੰਟੀਨ ਕੀਤਾ ਗਿਆ, ਉੱਥੇ ਜਾ ਕੇ ਮੈਡੀਕਲ ਟੀਮ ਗਈ, ਉਹਨਾਂ ਦੇ ਟੈਸਟ ਲੈ ਗਏ। ਸੋ ਉਹਨਾਂ ਦੇ ਵਿੱਚੋਂ ਇੱਕ ਮੁੰਡਾ 17 ਸਾਲ ਜਿਹੜੀ ਏਜ਼ ਆ, ਉਹ ਪੋਜ਼ਿਟਿਵ ਪਾਇਆ ਗਿਆ, ਬਾਕੀ ਨੈਗੇਟਿਵ ਪਾਏ ਗਏ। ਉਸ ਬੰਦੇ ਦਾ, ਉਸ ਮੁੰਡੇ ਦਾ ਜਿਹੜਾ ਐਡਰੈਸ ਆ, ਉਹ ਹੈਗਾ ਬੰਬੇ ਦਾ। ਬੰਬੇ ਤੋਂ ਦਿੱਲੀ ਆਈ ਜਮਾਤ, ਦਿੱਲੀ ਤੋਂ ਪੰਜਾਬ ਆਈ, ਪੰਜਾਬ ਤੋਂ ਫਿਰ ਕਪੂਰਥਲਾ ਆਈ, ਕਪੂਰਥਲਾ ਤੋਂ ਕੋਟਕਰਾਰਖਾਂ ਗਈ, ਉੱਥੇ ਕੋਟਕਰਾਰਖਾਂ 3 ਦਿਨ ਲੋਕਡਾਊਨ ਦੇ ਵਿੱਚ ਉਹ ਉੱਥੇ ਸਟੱਕ ਹੋ ਗਏ, ਬਲੌਕ ਹੋ ਗਏ। ਉਹਨਾਂ ਦਾ ਟੈਸਟ ਹੋਇਆ, ਉਹ ਬੰਬੇ ਦੇ ਮੁੰਡੇ ਦਾ ਜਿਹੜਾ ਵਾ ਉਹ ਕਰੋਨਾ ਪੋਜ਼ਿਟਿਵ ਪਾਇਆ ਗਿਆ। ਅਤੇ ਉਹ ਸ਼ੋਕ ਹੀ ਹੋਇਆ ਪੂਰੇ ਕਪੂਰਥਲੇ ਦੇ ਵਿੱਚ, ਪੂਰੇ ਪੰਜਾਬ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ, ਕਿ ਕੋਟਕਰਾਰਖਾਂ ਦੇ ਵਿੱਚੋਂ ਗੁੱਜਰਾਂ ਦਾ ਮੁੰਡਾ ਜਿਹੜਾ ਉਹ ਪੋਜ਼ਿਟਿਵ ਪਾਇਆ ਗਿਆ। ਉਹ ਸਮੱਸਿਆ ਇਹ ਖੜੀ ਹੋ ਗਈ ਵੀ ਇਹ ਗੁੱਜਰ ਜਿਹੜੇ ਆ, ਇਹ ਬਿਮਾਰੀ ਫੈਲਾ ਰਿਹਾ ਲੋਕਾਂ ਦੇ ਵਿੱਚ। ਇਹ ਇੱਕ ਬਹੁਤ ਵੱਡਾ ਹੋਊਗਾ, ਇੱਕ ਬਹੁਤ ਵੱਡੀ ਅਫਵਾਹ ਜਿਹੜੀ ਆ ਉਹ ਫੈਲ ਗਈ ਕਿ ਕੋਟਕਰਾਰਖਾਂ ਦਾ ਬੰਦਾ ਦਿੱਲੀ ਗਿਆ, ਉਹ ਉੱਥੋਂ ਬਿਮਾਰੀ ਨਾਲ ਲਿਆ। ਜਦ ਕਿ ਇਸ ਤਰ੍ਹਾਂ ਨਹੀਂ, ਬੰਦਾ ਬੰਬੇ ਤੋਂ ਦਿੱਲੀ ਆਇਆ, ਦਿੱਲੀ ਤੋਂ ਪੰਜਾਬ ਕਪੂਰਥਲਾ ਆਇਆ, ਉਸ ਤੋਂ ਗਾਂ ਇਹ ਕਹਾਣੀ ਜਿਹੜੀ ਆ ਉਹ ਤੁਰ ਪਈ ਆ। ਹੁਣ ਸਮੱਸਿਆ ਬਹੁਤ ਵੱਡੀ ਇਹ ਆ ਵੀ ਸਾਡੇ ਬਹੁਤ ਸਾਰੇ ਗਰੀਬ ਲੋਕ ਆ, ਕੋਈ 5 ਕਿਲੋ, ਕੋਈ 10 ਕਿਲੋ ਦੁੱਧ ਵੇਚ ਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਆ। ਸੋ ਉਹਨਾਂ ਦੇ ਦੁੱਧ ਲੈਣ ਤੋਂ ਲੋਕਾਂ ਨੇ ਨਾਂਹ ਕਰ ਦਿੱਤੀ ਆ। ਦੂਜੀ ਜਿਹੜੇ ਦੁੱਧ ਲੈ ਕੇ ਜਾਂਦੇ, ਉਹਨਾਂ ਨੇ ਨਾਂਹ ਕਰਤੀ ਵੀ ਸਾਨੂੰ ਗਾਂਹ ਤੋਂ ਜਿਹੜੇ ਘਰਾਂ ਵਾਲੇ ਲੋਕ ਆ, ਵੀ ਉਹ ਇਹ ਕਹਿੰਦੇ ਆ ਵੀ ਤੁਸੀਂ ਗੁੱਜਰਾਂ ਤੋਂ ਦੁੱਧ ਲਿਆਉਂਦੇ, ਇਹਦੇ ਵਿੱਚ ਕਰੋਨਾ ਆ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ, ਜਿੰਨੇ ਕੁ ਵੀਰ ਮੇਰੇ 'ਤੇ ਬਿਲੀਵ ਕਰਦੇ ਆ, ਜਿੰਨੇ ਕੁ ਮੇਰੇ ਉੱਪਰ ਯਕੀਨ ਕਰਦੇ ਆ, ਕਿ ਪਲੀਜ਼ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ। ਹਜੇ ਤੱਕ ਕਪੂਰਥਲਾ 0 ਆ ਤਾਂ 0 ਹੀ ਰਹੂਗਾ, ਰੱਬ ਦੀ ਮਿਹਰ ਰਹੂਗੀ। ਸੋ ਕਿਉਂਕਿ ਉਹ ਬੰਦਾ ਜਿਹੜਾ ਆਇਆ ਉਹਦੇ ਵਿੱਚ, ਉਹ ਬੰਬੇ ਦਾ ਆ, ਉਹ ਐਡਰੈਸ ਉਹਦਾ ਪ੍ਰੋਪਰ ਪੇਸ਼ ਨਹੀਂ ਕੀਤਾ ਗਿਆ, ਉੱਥੇ ਦੱਸਿਆ ਨਹੀਂ ਗਿਆ, ਉੱਥੇ ਇੱਕ ਮਿਸਟੇਕ ਆ, ਮੈਂ ਮੰਨਾਂਗਾ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸੋ ਦੂਸਰੀ ਚੀਜ਼ ਇਹ ਆ ਕਿ ਜਿਹੜਾ ਦੁੱਧ ਵੇਚ ਕੇ ਵਿਚਾਰੇ ਲੋਕ ਸਾਡੇ, ਜਿੱਥੋਂ ਤੱਕ, ਕਿਉਂਕਿ ਮੈਂ ਕਬੱਡੀ ਜਗਤ ਨਾਲ ਲਿੰਕਡ ਹਾਂ, ਬਹੁਤ ਸਾਰੇ ਲੋਕ, ਬਹੁਤ ਸਾਰੇ ਸਰਪੰਚ ਰੱਬ ਦੀ ਮਿਹਰ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਦੇ ਨਾਲ ਜਾਣਦੇ ਆ। ਸੋ ਮੈਂ ਜੇ ਕਿਸੇ ਸਾਡੇ ਏਰੀਏ ਦੇ ਵਿੱਚ, ਬਲਕਿ ਮੈਂ ਦੁਆਬੇ ਦੀ ਖਾਸ ਤੌਰ 'ਤੇ ਗੱਲ ਕਰਦਾ ਵਾਂ, ਵੀ ਕਪੂਰਥਲਾ ਆ, ਜਲੰਧਰ, ਕਰਤਾਰਪੁਰ, ਭੋਗਪੁਰ, ਨਰਾਲਾ, ਭਲੱਥ, ਚਾਹੇ ਅੱਗੇ ਆਪਾਂ ਦਸੂਏ ਤੱਕ, ਹੁਸ਼ਿਆਰਪੁਰ ਤੱਕ ਪਰਸਨਲੀ ਲੋਕ ਸਾਨੂੰ ਜਾਣਦੇ ਆ। ਸਾਡੇ ਸੀਮਤ ਜਿਹੇ ਪਰਿਵਾਰ ਆ, ਅਸੀਂ ਇੱਕ ਦੂਜੇ ਨੂੰ ਜਾਣਦੇ ਹਾਂ। ਜੇ ਕੋਈ ਅਫਵਾਹ ਇਸ ਤਰ੍ਹਾਂ ਦੀ ਆਉਂਦੀ ਆ, ਤੁਸੀਂ ਪਲੀਜ਼ ਮੇਰੇ ਨਾਲ ਸੰਪਰਕ ਕਰੋ, ਮੈਂ ਉਹਦੀ ਕਲੈਰੀਫਿਕੇਸ਼ਨ ਦਊਂਗਾ। ਔਰ ਮੈਂ ਇਹ ਟਰਾਈ ਕਰੂੰਗਾ ਕਿ ਉਸੇ ਹੀ ਪਿੰਡ ਦਾ ਸਰਪੰਚ ਜਾਂ ਉੱਥੋਂ ਦਾ ਕੋਈ ਸਪੋਰਟਸ ਨਾਲ ਲਿੰਕਡ ਬੰਦਾ ਜਾਂ ਉੱਥੋਂ ਦਾ ਕੋਈ ਪਲੇਅਰ ਉਸ ਬੰਦੇ ਦੀ ਗਰੰਟੀ ਦਊਗਾ, ਜਿਹੜਾ ਸਹੀ ਹੋਊਗਾ ਉਹਦੀ ਅਸੀਂ ਗਰੰਟੀ ਦੇਵਾਂਗੇ, ਜੇ ਕੋਈ ਗਲਤ ਹੋਊਗਾ ਤਾਂ ਗਲਤ ਨੂੰ ਗਲਤ ਵੀ ਕਵਾਂਗੇ। ਸੋ ਇਸ ਕਰਕੇ ਵੀਰੋ, ਅਫਵਾਹ ਨਾ ਫੈਲਾਓ, ਦੁੱਧ ਜਿਹੜਾ ਵੇਚਣ ਤੋਂ ਜਾਂ ਜਿਹੜੇ ਦੂਜੀ ਦੁੱਧ ਲਿਜਾਂਦੇ ਆ ਉਹ ਲੈਣ ਤੋਂ ਇਨਕਾਰ ਨਾ ਕਰਨ। ਜਿਹੜੇ ਘਰਾਂ ਦੇ ਵਿੱਚ ਉਹ ਦੁੱਧ ਜਾਂਦਾ ਆ, ਪਲੀਜ਼ ਉਹ ਦੁੱਧ ਜਿਹੜਾ ਉਸੇ ਹੀ ਤਰ੍ਹਾਂ ਲੈਣ, ਤਾਂ ਕਿ ਇਹ ਰੁਜ਼ਗਾਰ ਜਿਹੜਾ ਉਹ ਚੱਲਦਾ ਰਹੇ, ਇਹ ਬਣਿਆ ਰਹੇ, ਸਾਡੇ 'ਤੇ ਯਕੀਨ ਕਰੋ। ਮੈਂ ਪਿੰਡਾਂ ਦੇ ਲੋਕਾਂ ਦਾ ਥੈਂਕ ਯੂ ਕਰਦਾ, ਧੰਨਵਾਦ ਕਰਦਾ, ਕਿਉਂਕਿ ਕੋਟਕਰਾਰਖਾਂ ਤੋਂ ਨਾ ਇੱਕ ਇੰਨੀ ਕੁ ਮਿਸਟੇਕ ਹੋਣ ਕਾਰਨ ਵੀ ਉਹ ਬੰਦੇ ਆਏ, ਉੱਥੇ ਉਹ ਪੋਜ਼ਿਟਿਵ ਕੇਸ ਪਾਇਆ ਗਿਆ, ਉਸ ਪਿੰਡ ਦੇ ਲੋਕਾਂ ਨੂੰ ਹਰਾਸਮੈਂਟ ਦਾ ਸਾਹਮਣਾ ਕਰਨਾ ਪਿਆ। ਏਰੀਏ ਦੇ 8-10 ਕਿਲੋਮੀਟਰ ਦੇ 12-14 ਪਿੰਡ ਸੀਲ ਕਰ ਦਿੱਤੇ ਗਏ। ਸੋ ਉਹਨਾਂ ਨੂੰ ਸਾਡੇ, ਉਹਨਾਂ ਬੰਦਿਆਂ ਕਰਕੇ, ਬਲਕਿ ਸਾਡੇ ਕਰਕੇ ਹੀ ਸਮਝ ਲਓ, ਕਿਉਂਕਿ ਸਾਡੀ ਬਰਾਦਰੀ ਆ, ਸਾਡੇ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਮੈਂ ਉਹਨਾਂ ਤੋਂ ਖਿਮਾ ਚਾਹੁੰਦਾ, ਮੁਆਫ਼ੀ ਚਾਹੁੰਦਾ ਹਾਂ ਕਿ ਇਹ ਮਾਮਲਾ ਇਸ ਤਰ੍ਹਾਂ ਦਾ ਹੋ ਗਿਆ। ਸੋ ਪਲੀਜ਼ ਤੁਸੀਂ ਸਾਡਾ ਸਾਥ ਦਿਓ, ਬਹੁਤ ਵੱਡਾ ਸਾਡਾ ਪੁਰਾਣੇ ਰਿਸ਼ਤੇ ਆ, ਪੁਰਾਣੇ ਲਿੰਕ ਆ। ਜਦੋਂ ਸਾਹਿਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਿੱਖ ਪੰਥ ਦੀ ਨੀਂਹ ਰੱਖੀ ਸੀ ਅਤੇ ਪੰਜ ਪਿਆਰੇ ਸਾਜੇ, ਤਾਂ ਪਹਿਲਾਂ ਪੁੱਛਿਆ ਗਿਆ ਤੇਰਾ ਨਾਮ ਕੀ ਹੈ, ਤਾਂ ਉਹਨੇ ਆਖਿਆ ਸੀ ਦਇਆ ਰਾਮ। ਸੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਵੀ ਜਿਸ ਕੌਮ ਦੀ ਮੈਂ ਨੀਂਹ ਰੱਖ ਰਿਹਾ ਉਹਦਾ ਦਇਆ ਸ਼ਬਦ ਤੋਂ ਉਹਦੀ ਸ਼ੁਰੂਆਤ ਹੋ ਰਹੀ ਹੈ। ਤੁਸੀਂ ਸਾਰੇ ਪਹਿਲਾਂ ਤੋਂ ਦਇਆਵਾਨ ਹੋ, ਦਇਆਵਾਨ ਹੈਗੇ ਹੋ, ਤਾਂ ਦਇਆਵਾਨ ਪਲੀਜ਼ ਪਿੰਡਾਂ ਦੇ ਲੋਕਾਂ ਨੂੰ ਮੈਂ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਹੀ ਤੁਸੀਂ ਬਣੇ ਰਹਿਣਾ ਹੈ, ਤੁਹਾਡਾ ਹੀ ਆਸਰਾ ਹੈ, ਤੁਸੀਂ ਸਾਰਿਆਂ ਨੇ ਇਸ ਕਰਕੇ ਸਹਿਯੋਗ ਕਰਨਾ ਹੈ। ਮਿਸਾਲਤ ਸਾਈ ਮੀਆਂ ਮੀਰ ਦੀ ਹੈ, ਗਨੀ ਖਾਂ ਦੀ, ਨਬੀ ਖਾਂ ਦੀ, ਪੀਰ ਬੁੱਧੂ ਸ਼ਾਹ ਦੀ, ਬਹੁਤ ਸਾਰੀਆਂ ਐਗਜ਼ੈਂਪਲਸ ਨੇ, ਬਹੁਤ ਸਾਰੀਆਂ ਮਿਸਾਲਾਂ ਨੇ। ਸੋ ਪਲੀਜ਼ ਤੁਸੀਂ ਸਾਰਿਆਂ ਨੂੰ ਇੱਕ ਨਜ਼ਰ, ਇੱਕ ਨਜ਼ਰੀਏ ਦੇ ਨਾਲ ਨਾ ਦੇਖੋ, ਤੁਸੀਂ ਮਿਹਰਬਾਨੀ ਕਰਕੇ ਸਾਡਾ ਇਸ ਮੁਸੀਬਤ ਦੀ ਘੜੀ ਦੇ ਵਿੱਚ ਸਾਥ ਦਿਓ। ਇਹ ਇੱਕ ਤਬਕਾ ਕੋਈ ਨਹੀਂ ਫੈਲਾ ਰਿਹਾ, ਇਹ ਸਿਰਫ ਇੱਕ ਲੋਕਾਂ ਦੇ ਵਿੱਚ ਹਊਆ ਫੈਲ ਗਿਆ ਇਸ ਚੀਜ਼ ਦਾ, ਔਰ ਲੋਕਾਂ ਦੇ ਵਿੱਚ ਅਫਵਾਹਾਂ ਬਹੁਤ ਸਾਰੀਆਂ ਫੈਲੀਆਂ ਜਾ ਰਹੀਆਂ। ਸੋ ਮੇਰੀ ਇਹ ਬੇਨਤੀ ਆ ਕਿ ਤੁਸੀਂ ਸਾਰੇ ਪੰਜਾਬ ਦੇ ਵਿੱਚ ਅਤੇ ਸਾਰੇ ਏਰੀਏ ਦੇ ਵਿੱਚ, ਸਾਡਾ ਜਿਹੜਾ ਏਰੀਆ, ਚਾਹੇ ਦੁਆਬਾ, ਮਾਝਾ, ਮਾਲਵਾ,
मैं थैंक यू करना चाहूँगा साढ़े देश के प्रधानमंत्री नरेंद्र मोदी जी का, मुख्यमंत्री पंजाब कैप्टन अमरिंदर सिंह जी का, DGP पंजाब जी का बहुत बहुत धन्यवाद है, और सारे ही सूबे के DC साहबाना का, SSP साहबाना का, एडमिनिस्ट्रेशन का बहुत बहुत थैंक यू, और खास तौर पर कपूरथला के DC साहब का, SSP साहब का, डिप्टी साहब का, SHO साहब उन्हों का बहुत बहुत धन्यवाद, बहुत बहुत शुक्रिया। साढ़े राणा गुरजीत सिंह जी MLA ने कपूरथला के, उन्होंने ऑफिस वाले अपने हल्के साढ़े नाल हमेशा कॉन्टैक्ट के ने, सो इन सारे का थैंक यू। और मैं लोकल लीडरशिप साढ़े अमरजीत सैदोवाल ने, मनसू जी ने, बली सिद्धू जी चेयरमैन ब्लाक समिति कपूरथला के, करनैल सिंह जी सरपंच साहब पखोवाल के, हुणे साढ़े कोल रणजीत सिंह सैदोवाल के सरपंच साहब हो के गए हैं, सारे साडा सहयोग कर रहे हैं, सो प्लीज़ इस तरह आप वधिया सहयोग करिए, बहुत बहुत धन्यवाद, थैंक यू, सत श्री अकाल। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।